ਤੇ ਵਕਫੇ ਦੇ ਬਾਅਦ ਸਾਰੇ ਵਿਊਅਰਸ ਦਾ ਮੈਂ ਸਵਾਗਤ ਕਰਦਾ ਔਰ ਅਸੀਂ ਵਿਚਾਰ ਕਰ ਰਹੇ ਹਾਂ ਆਮ ਆਦਮੀ ਪਾਰਟੀ ਤੇ ਉਹਦੇ ਭਵਿੱਖ ਦੇ ਬਾਰੇ ਕਿ ਕੀ ਭਵਿੱਖ ਹੋਏਗਾ ਆਮ ਆਦਮੀ ਪਾਰਟੀ ਦਾ। ਦੋ ਵਿਧਾਇਕ ਜਿਹੜੇ ਨੇ ਉਹਨਾਂ ਨੂੰ ਕੈਨੇਡਾ ਤੋਂ ਵਾਪਸ ਇਮੀਗ੍ਰੇਸ਼ਨ ਵੱਲੋਂ ਇੰਡੀਆ ਵਾਪਸ ਭੇਜ ਦਿੱਤਾ ਗਿਆ। ਖਬਰਾਂ ਕਹਿ ਰਹੀਆਂ ਹਨ ਕਿ ਉਹਨਾਂ ਨੂੰ ਡਿਪੋਰਟ ਕੀਤਾ ਗਿਆ, ਲੇਕਿਨ ਖੁਦ ਆਪ ਵਿਧਾਇਕ ਕਹਿ ਰਹੇ ਨੇ ਕਿ ਸਾਨੂੰ ਡਿਟੇਨ ਕੀਤਾ ਗਿਆ ਸੀਗਾ, ਸਾਨੂੰ ਡਿਪੋਰਟ ਨਹੀਂ ਕੀਤਾ ਗਿਆ, ਉਹਨਾਂ ਨੇ ਪੁੱਛਗਿੱਛ ਕੀਤੀ ਸੀਗੀ। ਇਸੀ ਮੁਤਲਕ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ। ਮਿਸਟਰ ਸ਼ਰਮਾ ਵੀ ਮੇਰੇ ਨਾਲ ਬਣੇ ਹੋਏ ਨੇ, ਲੇਕਿਨ ਮੈਂ ਉਸ ਤੋਂ ਪਹਿਲਾਂ ਕਾਲਰਸ ਕਾਫੀ ਸਾਰੇ ਮੈਨੂੰ ਕਾਲ ਕਰ ਰਹੇ ਨੇ, ਉਹਨਾਂ ਦੀ ਕਾਲਸ ਲਵਾਂਗਾ ਔਰ ਉਸ ਤੋਂ ਬਾਅਦ ਵਿੱਚ ਮਿਸਟਰ ਸ਼ਰਮਾ ਨੂੰ ਵੀ ਜੋੜਾਂਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਕੇਵਲਜੀਤ ਬੋਲਦਾ ਜੀ। ਕੀ ਕਹਿਣਾ ਚਾਹੋਗੇ? ਹਾਂਜੀ, ਜਿਹੜੇ ਆਪਣੇ ਦੋ MLA ਪੰਜਾਬ ਵਿਧਾਨ ਸਭਾ ਦੇ ਨੂੰ ਜੀ ਜੀ ਇੱਥੋਂ ਡਿਪੋਰਟ ਕੀਤਾ ਗਿਆ ਕੈਨੇਡਾ ਚੋਂ, ਪਹਿਲਾਂ ਤਾਂ ਬੜੇ ਉਹ ਸਿਆਣੇ MLA ਸਨ, ਉਹਨੂੰ ਪਹਿਲਾਂ ਵੀਜ਼ਾ ਲੈ ਕੇ ਆਉਣਾ ਚਾਹੀਦਾ ਸੀ ਜੀ ਜੀ। ਕੀ ਖਿਆਲ ਹੈ ਜੀ? ਜੀ ਕੈਨੇਡਾ ਦਾ ਜੀ ਜੀ ਤਾਂ ਪਰ ਜੇ ਅਸੀਂ ਕੰਪੇਅਰ ਕਰੀਏ, ਲਾਸਟ ਟਾਈਮ ਆਪਾਂ ਦੂਸਰੀਆਂ ਪਾਰਟੀਆਂ ਨੂੰ ਵੀ ਕੈਨੇਡਾ 'ਚ ਅਲਾਊ ਨਹੀਂ ਸੀ ਜਦੋਂ ਕੰਪੇਨ ਚੱਲ ਰਿਹਾ ਸੀਗਾ ਵਿਧਾਨ ਸਭਾ ਦਾ ਪੰਜਾਬ ਵਿੱਚ ਜੀ ਜੀ, ਹਾਂਜੀ, ਉਹਨਾਂ ਨੂੰ ਵੀ ਅਲਾਊ ਨਹੀਂ ਸੀ। ਤਾਂ ਜੇ ਹੋਰ ਪਿੱਛੇ ਜਾਈਏ, ਆਪਣੇ ਮਾਨਯ ਮੋਦੀ ਸਾਹਿਬ ਆਪਣੇ ਪ੍ਰਧਾਨ ਮੰਤਰੀ ਇੰਡੀਆ ਦੇ, ਉਹਨਾਂ ਨੂੰ ਵੀ ਅਲਾਊ ਨਹੀਂ ਸੀ ਅਮੈਰੀਕਾ ਜਾਣ ਦਾ ਜਦੋਂ ਚੀਫ ਮਿਨਿਸਟਰ ਸਨ ਗੁਜਰਾਤ 'ਚ। ਕਰੈਕਟ ਕਰੈਕਟ, 2007-2008 ਦੇ ਵਿੱਚ ਜੀ। ਹਾਂਜੀ, ਤੁਸੀਂ ਇੱਥੇ ਕਿਸੇ ਵੀ ਨਾ ਸੈਂਟਰਲ ਗਵਰਨਮੈਂਟ ਕਲੇਮ ਕੰਪਲੇਨ ਨਾ ਕਰੋ ਉਹਨਾਂ ਦੀ, ਇਹੋ ਕੈਨੇਡੀਅਨ ਜਿਹੜੀ ਗਵਰਨਮੈਂਟ ਆ ਦੇ ਵੈਰੀ ਕੰਸਿਸਟੈਂਟ ਜੀ ਜੀ। ਉਹਨਾਂ ਨੇ ਕਿਸੇ ਨੂੰ ਵੀ ਇੱਥੇ ਅਲਾਊ ਨਹੀਂ ਕੀਤਾ ਆ ਕੇ ਆਪਣਾ ਪ੍ਰਚਾਰ ਕਰਨ ਕਿਸੇ ਵੀ ਵੋਟਾਂ ਲਈ ਜਾਂ ਕਿਸੇ ਪਾਰਟੀ ਲਈ, ਕਿਉਂਕਿ ਉਹਨਾਂ ਦੀ ਕੀ ਕਹਿੰਦੇ ਹੁੰਦੇ ਆ, ਲਾਅ ਐਂਡ ਆਰਡਰ ਨੂੰ ਇਫੈਕਟ ਕਰਦਾ। ਕਰੈਕਟ, ਲਾਸਟ ਉਹਨੇ ਕਹਿੰਦੇ ਲਾਅ ਐਂਡ ਆਰਡਰ ਨੂੰ ਇਫੈਕਟ ਕਰਦੇ, ਫਿਰ ਤੁਸੀਂ ਅਕਾਲੀ ਜਾਂ ਕਾਂਗਰਸ ਦੇ ਜਿੰਨੇ ਵੀ ਲੀਡਰ ਉਹਨਾਂ ਨੂੰ ਆਉਣ ਦੇ ਸਕਣ ਦਾ। ਕੈਨ ਬੀ ਅ ਰੀਜ਼ਨ, ਕੈਨ ਬੀ ਅ ਰੀਜ਼ਨ ਜੀ, ਇਟ ਕੈਨ ਬੀ ਅ ਰੀਜ਼ਨ ਜੀ ਜੀ। ਬਹੁਤ ਸਾਰਾ ਰੀਜ਼ਨ ਹੁੰਦਾ ਜੀ, ਕਿਉਂਕਿ ਉਹਨਾਂ ਨੇ ਆਪਣੇ 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 ਮੁਲਕ ਦੀ ਹਿਫਾਜ਼ਤ ਰੱਖਣੀ, ਲਾਅ ਐਂਡ ਆਰਡਰ ਰੱਖਣਾ ਜੀ 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 ਜੀ। ਥੈਂਕ ਯੂ। ਤਾਂ ਬਾਕੀ ਦੇਖੋ ਜੀ, ਪਹਿਲਾਂ ਆਪਾਂ ਅਪਲਾਈ ਕਰਨਾ ਚਾਹੀਦਾ ਵੀਜ਼ੇ ਲਈ, ਵੀਜ਼ਾ ਮਿਲਦਾ ਜਾਂ ਨਾ ਮਿਲਦਾ, ਫਿਰ ਰਿਪੋਰਟ ਨਾ ਹੁੰਦੇ, ਬੇਇੱਜ਼ਤੀ ਨਾ ਹੁੰਦੀ ਨਹੀਂ। ਕਰੈਕਟ 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 ਕਰੈਕਟ, ਆਪਣਾ ਘਰ ਪੱਕਾ ਕਰਕੇ ਜਾਂਦੇ ਤਾਂ ਸ਼ਾਇਦ ਦਿੱਕਤ ਨਾ ਆਉਂਦੀ। ਹੋਰ ਵੀ ਮੇਰੇ ਨਾਲ ਕਾਲਰ ਜੁੜ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ 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 ਹੈਲੋ, ਹਰਕੀਰਤ ਸਿੰਘ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਗੁਰਦੀਪ ਸਿੰਘ ਭੋਗਲ ਬੋਲ ਰਿਹਾ। ਹਾਂਜੀ ਭੋਗਲ ਜੀ, ਕੀ ਕਹਿਣਾ ਚਾਹੋਗੇ? ਵਾਪਸ ਭੇਜ ਦਿੱਤਾ ਗਿਆ ਦੋ ਵਿਧਾਇਕਾਂ ਨੂੰ ਆਮ ਆਦਮੀ ਪਾਰਟੀ ਦੇ। ਕਹਿਣਾ ਕੀ ਹਰਕੀਰਤ ਸਿੰਘ, ਕਈ ਵਾਰੀ ਹਾਸਾ ਬਈ, ਕਈ ਵਾਰੀ ਤਾਂ ਇਹ ਨਹੀਂ ਪਤਾ ਲੱਗਦਾ ਵੀ ਹੱਸੀਏ ਕਿ ਰੋਈਏ। ਜੀ 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 ਜੀ, ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ। ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੁੰਦਾ ਹਾਂ ਵੀ ਜਦੋਂ ਇਹ ਆਮ ਆਦਮੀ ਪਾਰਟੀ ਪਹਿਲਾਂ ਇਹ ਜਦੋਂ ਬਣੀ ਆ ਨਾ ਜੀ ਜੀ ਜੀ, ਇੱਥੇ ਇਹਨਾਂ ਦਾ ਨਿਸ਼ਾਨ ਸੀ ਝਾੜੂ, ਤੇ ਮੈਨੂੰ ਇਹ ਨੀ ਯਾਦ ਆ ਵੀ ਜਿੰਨੀਆਂ ਵੀ ਆਪਣੇ ਭਾਰਤ ਦੇ ਵਿੱਚ ਪੋਲੀਟੀਕਲ ਪਾਰਟੀਆਂ ਨੇ ਛੋਟੀਆਂ ਵੱਡੀਆਂ ਸਾਰੀਆਂ, ਕਦੇ ਕੋਈ ਕਿਸੇ ਕੋਲੋਂ ਨਹੀਂ ਡਰਿਆ ਜਿੰਨਾ ਝਾੜੂ ਕੋਲੋਂ ਡਰ ਗਏ ਸੀ ਇਹ। ਕਰੈਕਟ ਕਰੈਕਟ ਕਰੈਕਟ, ਮੈਂ ਈਵਨ ਮੈਂ ਇੱਥੇ ਸ਼ਲਾਘਾ ਨਹੀਂ ਕਰਦਾ ਆਮ ਆਦਮੀ ਪਾਰਟੀ ਦੀ, ਲੇਕਿਨ ਮੈਂ ਖੁਦ ਆਪ ਜਾ ਕੇ ਰਿਪੋਰਟਿੰਗ ਕੀਤੀ ਸੀਗੀ ਜਦ ਵਿਧਾਨ ਸਭਾ ਦੀ ਚੋਣਾਂ ਸੀਗੀਆਂ। ਮੇਰੀ ਡਿਊਟੀ ਮਾਲਵਾ ਖੇਤਰ ਦੇ ਵਿੱਚ ਸੀਗੀ, ਚੈਨਲ ਨੇ ਮੇਰੀ ਜ਼ਿੰਮੇਵਾਰੀ ਲਗਾਈ ਸੀਗੀ, ਉੱਥੋਂ ਦੀ ਮੈਨੂੰ ਰਿਪੋਰਟਿੰਗ ਕਰਨੀ ਸੀਗੀ। ਮੈਂ ਆਪ ਵੇਖਿਆ ਸੀਗਾ ਪਿੰਡਾਂ ਦੇ ਵਿੱਚ ਜਾ ਕੇ, ਮੈਂ ਅੱਜ ਔਨ ਏਅਰ ਇਹ ਗੱਲ ਕਹਿ ਰਿਹਾ, ਦੋ ਚੀਜ਼ਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਐਂਟਰ ਕਰ ਚੁੱਕੀਆਂ ਸੀਗੀਆਂ ਪਿੰਡਾਂ ਦੇ ਵਿੱਚ। ਇੱਕ ਤਾਂ ਮੋਮੋਜ਼, ਜਿਹੜਾ ਚਾਈਨੀਜ਼ ਮੋਮੋਜ਼ ਹੁੰਦਾ, ਇੱਕ ਝਾੜੂ। ਬਿਲਕੁਲ ਬਿਲਕੁਲ, ਮੈਂ ਉਹੀ ਕਹਿੰਦਾ, ਮੈਨੂੰ ਇਹ ਨੀ ਯਾਦ ਵਾ ਤੇ ਕਦੇ ਨੀ ਹੋਰ ਕਿਸੇ ਕੋਲ ਕਦੇ ਨੀ ਸੀ ਕੋਈ ਡਰਿਆ ਜਿੰਨਾ ਝਾੜੂ ਝਾੜੂ ਨੂੰ ਦੇਖ ਕੇ, ਜਿੰਨੀਆਂ ਪਾਰਟੀਆਂ ਡਰੀਆਂ ਸਨ ਉਹ ਡਰੀਆਂ ਇਸ ਕਰਕੇ ਸਨ, ਕਿਉਂਕਿ ਕੇਜਰੀਵਾਲ ਨੇ ਕਿਹਾ ਸੀ ਵੀ ਨਾ ਅਸੀਂ ਕਰਪਸ਼ਨ ਕਰਨੀ ਆ ਤੇ ਨਾ ਕਰਨ ਦੇਣੀ ਤੇ ਨਾ ਹੋਣ ਦੇਣੀ ਆ, ਤੇ ਇਸ ਕਰਕੇ ਬਾਕੀ ਦੀਆਂ ਪਾਰਟੀਆਂ ਦਾ, ਫਿਰ ਜਿਹੜੀਆਂ ਮੇਨ ਪਾਰਟੀਆਂ ਨੇ, ਕਾਂਗਰਸ ਹੋਵੇ, ਅਕਾਲੀ ਹੋਵੇ, BJP ਹੋਵੇ, ਉਹਨਾਂ ਦਾ ਜ਼ੋਰ ਲੱਗ ਗਿਆ ਸੀ ਵੀ ਇਹ ਪਾਰਟੀ ਅੱਗੇ ਨਾ ਆਵੇ, ਜੋ ਮਰਜ਼ੀ ਹੋ ਜਾਏ, ਹੋਰ ਜਿਹੜੀ ਮਰਜ਼ੀ ਆ ਜਾਏ। ਕਰੈਕਟ ਕਰੈਕਟ ਕਰੈਕਟ, ਬਿਲਕੁਲ ਭੋਗਲ ਜੀ। ਨੰਬਰ 1, ਨੰਬਰ 2, ਜਿਹੜੀ ਉੱਥੋਂ ਵਾਪਸ ਆਏ ਆ ਨਾ ਆਪਣੇ ਕੈਨੇਡਾ ਤੋਂ, ਤੇ ਇਹਦੇ ਬਾਰੇ ਅਸਲੀ ਬਹੁਤਾ ਤੇ ਪਤਾ ਨਹੀਂ ਕਿਸੇ ਨੂੰ ਵੀ, ਕਿਉਂਕਿ ਉਹਨਾਂ ਦਾ ਬਿਆਨ ਕੁਝ ਹੋਰ ਆ, ਉਹ ਕਹਿੰਦੇ ਰਿਪੋਰਟ ਕੀਤਾ, ਉਹ ਕਹਿੰਦੇ ਨਹੀਂ ਅਸੀਂ ਆਪ ਆਏ ਆ। ਅੱਛਾ ਚਲੋ, ਮੈਂ ਇੱਕ ਗੱਲ ਜ਼ਰੂਰ ਮੰਨਦਾ ਵੀ ਜਿਹੜੀ ਵਿੱਚ ਜੇ ਗੱਲ ਹੋਈ ਪਿੱਛੇ ਤੁਸੀਂ ਕੀਤੀ ਹੋਣੀ ਵੀ ਹੋ ਸਕਦਾ ਵੀ ਆਮ ਆਦਮੀ ਪਾਰਟੀ ਨੂੰ ਓਵਰਸੀਜ਼ ਵੀ ਬਦਨਾਮ ਕਰਨ ਵਾਸਤੇ ਕੀਤਾ ਗਿਆ ਹੋਵੇ, ਇਹ ਕਿਉਂ ਗਰੰਟੀ ਤੇ ਕੋਈ ਨਹੀਂ ਦੇ ਸਕਦਾ, ਪਰ ਮੈਨੂੰ ਇਹ ਲੱਗਦਾ ਆ ਵੀ ਹੋ ਸਕਦਾ ਆ ਜਿਹੜੀਆਂ ਪਾਰਟੀਆਂ ਇੱਦਾਂ ਕਰਦੀਆਂ ਨੇ ਉਹ ਇਹ ਬਦਨਾਮ ਕਰਨ ਵਾਸਤੇ ਵੀ ਕੀਤਾ ਹੋਵੇ ਜਾਂ ਕਿਹਾ ਹੋਵੇ, ਕੋਈ ਇਹ 'ਚ ਕੋਈ ਵੱਡੀ ਗੱਲ ਨਹੀਂ ਹੈ। ਕਿਉਂਕਿ ਕਾਰਨ ਮੈਂ ਤੁਹਾਨੂੰ ਕਾਰਨ ਦੱਸਦਾ, ਹੁਣ ਮੋਦੀ ਸਾਹਿਬ ਇੱਥੇ ਜਦੋਂ ਆਏ ਸੀ, ਹੁਣ ਤੁਸੀਂ ਹੁਣ ਦੇਖ ਲਓ, ਹੁਣ 2020 ਹੋ ਰਹੀ ਆ 12 ਅਗਸਤ ਨੂੰ ਇੱਥੇ,
ਔਰ ਭਾਰਤੀ ਸਰਕਾਰ ਨੇ ਸੈਂਟਰ ਸਰਕਾਰ ਨੇ ਇਹਨਾਂ ਬ੍ਰਿਟੇਨ ਇਹਨਾਂ ਨੂੰ ਕਿਹਾ ਵੀ ਇਹ ਨਾ ਹੋਣਾ, ਇਹ ਨਹੀਂ ਹੋਣਾ ਚਾਹੀਦਾ ਬ੍ਰਿਟੇਨ ਦੇ ਵਿੱਚ, ਪਰ ਲੇਕਿਨ ਬ੍ਰਿਟੇਨ ਨੇ ਕਹਿ ਦਿੱਤਾ ਵੀ ਇਹ ਡੈਮੋਕ੍ਰੈਟਿਕ ਕੰਟਰੀ ਆ, ਇਹਦੇ ਵਿੱਚ ਸਾਰਿਆਂ ਨੂੰ ਹੱਕ ਵਾ ਅਤੇ ਉਹ ਅਸੀਂ ਕੁਝ ਨਹੀਂ ਕਰ ਸਕਦੇ, ਨੰਬਰ ਇੱਕ। ਅਤੇ ਜੂਨ ਦੇ ਵਿੱਚ ਜੂਨ ਦੇ ਮਹੀਨੇ ਜਿਹੜੇ ਪ੍ਰੋਟੈਸਟ ਹੁੰਦੇ ਨੇ ਉਹ ਵੀ ਸੈਂਟਰ ਸਰਕਾਰ ਇਹਨਾਂ ਨੂੰ ਕਹਿੰਦੀ ਵੀ ਸਿੱਖਾਂ ਨੂੰ ਨਾ ਕਰਨ ਦਿਓ। ਅਤੇ ਫਿਰ ਜਦੋਂ ਥੋੜ੍ਹਾ ਜਿਹਾ ਪਿੱਛੇ ਜਾਈਏ ਅਤੇ ਮੋਦੀ ਸਾਹਿਬ ਇੱਥੇ ਆਏ ਸਨ, ਉਹਨਾਂ ਨੇ ਇੱਕ ਡੋਸੀਅਰ ਦਿੱਤਾ ਸੀ, ਉਹਦੇ ਵਿੱਚ ਲਿਖਿਆ ਸੀ ਵੀ ਦੋ ਗੁਰਦੁਆਰੇ ਯੂਕੇ ਦੇ ਵਿੱਚ ਐਸੇ ਨੇ ਜਿੱਥੇ ਅੱਤਵਾਦੀ ਪੈਦਾ ਕੀਤੇ ਜਾਂਦੇ ਨੇ। ਜਦੋਂ ਪੁਲਿਸ ਨੇ ਇਹਦੀ ਇਨਕੁਆਇਰੀ ਕੀਤੀ, ਪਤਾ ਕੀਤਾ, ਸਾਰਾ ਕੁਝ ਵੀ ਨਹੀਂ ਨਿਕਲਿਆ। ਤਾਂ ਮੈਂ ਕਹਿੰਦਾ ਵੀ ਹੋ ਸਕਦਾ ਜਿੱਦਾਂ ਜਿਵੇਂ ਉੱਥੇ ਦੇ ਜਿਹੜੇ ਰਾਜਨੀਤਿਕ ਲੋਕ ਨੇ ਜਿਵੇਂ ਉਹਨਾਂ ਦੀ ਸੋਚ ਕਿੰਨੇ ਬੜੀ ਘਟੀਆ ਆ, ਹੋ ਸਕਦਾ ਇਹ ਕੀਤਾ ਹੋਵੇ, ਪਰ ਗਰੰਟੀ ਕੋਈ ਨਹੀਂ। ਹੋ ਸਕਦਾ ਕੇਵਲ ਗਰੰਟੀ ਕੋਈ ਨਹੀਂ, ਬਿਲਕੁਲ। ਬਹੁਤ ਬਹੁਤ ਧੰਨਵਾਦ ਭੋਗਲ ਜੀ, ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੇ ਵੀ ਕਾਲ ਲੈ ਲਈਏ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਜਾਣਕਾਰੀ ਵਿਸਥਾਰ ਦੇ ਵਿੱਚ ਦੇਣੀ ਚਾਹੀਦੀ ਹੈ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ, ਠੀਕ ਹੋ? ਜੀ ਜੀ, ਇੱਕਦਮ ਵਧੀਆ। ਦੇਖੋ, ਗਵਰਨਮੈਂਟ ਪਹਿਲਾਂ ਆਪਣੀ ਦੇਖਦੇ, ਸਾਡਾ ਘਰ ਠੀਕ ਹੈ ਨਾ, ਦੈਟ ਇਜ਼ ਦ ਬੈਸਟ ਪਾਲਿਸੀ। ਮੋਦੀ ਨੂੰ ਕਿਤੇ ਵੀਜ਼ਾ ਨਹੀਂ ਦਿੱਤਾ ਜਾਂਦਾ ਸੀ ਪਹਿਲਾਂ, ਤੇ ਅਮਰੀਕਾ ਵਗੈਰਾ ਸਭ ਨੇ ਰਿਫਿਊਜ਼ ਕੀਤਾ ਕਿਉਂਕਿ ਸੇਫਟੀ। ਇਵਨ ਸ਼ਾਹਰੁਖ ਖਾਨ ਗਿਆ ਨਾ, 3 ਘੰਟੇ ਏਅਰਪੋਰਟ ਤੇ ਬੈਠਾ ਰਿਹਾ ਕਿਉਂਕਿ ਉਹ ਆਪਣਾ ਕੰਟਰੀ ਪਹਿਲੇ ਸੇਫਟੀ ਪਾਲਦੇ, ਪਿੱਛੋਂ ਦੂਜੇ ਦੇ ਬਾਰੇ ਸੋਚਦੇ। ਇਸ ਤਰ੍ਹਾਂ ਡਿਫੈਂਸ ਮਿਨਿਸਟਰ ਸਾਡਾ ਸਰਦਾਰ ਬਣਿਆ ਸੀ, ਸਾਰੇ ਸਰਦਾਰ ਕਹਿਣ ਲੱਗੇ ਦੇਖਾਂਗੇ ਸਾਡੇ ਵਾਸਤੇ ਕੀ ਕਰੇਗਾ, ਤੇ ਮੈਂ ਕਿਹਾ ਨਹੀਂ, ਉਹ ਕਰੇਗਾ ਉਹੀ ਜਿਹੜਾ ਕਿ ਫਿੱਟ ਹੈ, ਜਿਹੜਾ ਬੰਦਾ ਕਾਬਲ ਹੈ ਸਰਦਾਰ, ਜਿਹੜਾ ਫਿੱਟ ਜਾਵਾ ਸੀ ਉਹੀ ਦੇਗਾ। ਇੰਨੀ ਲੱਲੂ ਪੰਜੂ ਲਿਆ ਕੇ ਸਾਰੇ ਰੱਖ ਦੇਵੇ, ਉਹ ਆਪਣੀ ਰੈਪੂਟੇਸ਼ਨ ਨਹੀਂ ਖਰਾਬਗਾ, ਨਾਲ ਜਿਹੜਾ ਸਿੰਸੀਅਰ ਰਿਸਪੋਂਸੀਬਲ ਪਰਸਨ ਹੁੰਦਾ ਨਾ, ਉਹ ਕਦੇ ਵੀ ਮਿਸਯੂਜ਼ ਪਾਵਰ ਨੂੰ ਨਹੀਂ ਕਰਦਾ। ਤੇ ਮੋਦੀ ਨੂੰ ਨਹੀਂ ਦਿੱਤਾ ਗਿਆ ਵੀਜ਼ਾ, ਇਹਨਾਂ ਨੂੰ ਤਾਂ ਹੀ ਦਿੱਤਾ ਗਿਆ, ਕਹਿੰਦੇ ਜੇ ਉੱਥੇ ਭੰਗ ਫੜਾਉਣਗੇ, ਲੋਕਾਂ ਨੂੰ ਉਤਸ਼ਾਹ ਕਰਨਗੇ, ਰਾਹ ਜਾਂਦੇ ਐਵੇਂ ਬਿਪਤਾ ਅੱਗੇ ਥੋੜ੍ਹਾ ਜਿਹਾ ਹੋਈ, ਬੇਚੈਨੀ ਹੋਈ ਹੈ। ਦੇ ਹੈਵ ਡਨ ਦ ਰਾਈਟ ਥਿੰਗ ਅਕੋਰਡਿੰਗ ਟੂ ਮੀ। ਜੀ 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 ਜੀ, ਬਹੁਤ ਬਹੁਤ ਧੰਨਵਾਦ। ਇਹਦਾ ਮਤਲਬ ਇਹ ਨਹੀਂ ਕਿ ਮਿਨਿਸਟਰ ਕੇ ਜਾ ਰਿਹਾ ਤੇ ਕਿ ਇਹ ਆ ਜਾਓ ਤੇ ਦੂਜਾ ਗਰੀਬ ਆਦਮੀ ਹੈ, ਨਹੀਂ। ਦੇ ਵਾਂਟ ਟੂ ਸੀ ਦ ਸਿਸਟਮੈਟਿਕਲੀ ਇਹ ਸਾਡੇ ਫਿੱਟ ਬਹਿੰਦਾ ਕਿ ਨਹੀਂ ਬੰਦਾ, ਜੇ ਜ਼ਰਾ ਵੀ ਇਹਨਾਂ ਨੂੰ ਡਾਊਟ ਹੋਵੇ ਦੇ ਇਨਵੈਸਟੀਗੇਟ ਫੁੱਲੀ। ਸੋ ਕੈਨੇਡਾ ਗਵਰਨਮੈਂਟ ਵਾਂਟ ਟੂ ਸਿਕਿਉਰ, ਜੀ ਜੀ, ਦੇ ਵਾਂਟ ਟੂ ਸਿਕਿਉਰ, ਉਹ ਪੂਰਾ ਸਿਕਿਉਰ ਕਰਨਾ ਚਾਹੁੰਦੇ ਸੀਗੇ ਆਪਣੀ। ਉਹਨਾਂ ਵੀ ਇਹੀ ਚਾਹੀਦਾ, ਮੈਂ ਕਹਿੰਦਾ ਹਰ ਕੰਟਰੀ ਨੂੰ ਇਹ ਕਰਕੇ ਤਾਂ ਹੀ ਫਾਇਦਾ ਹੈਗਾ। ਜੀ ਜੀ ਜੀ, ਕਿਉਂਕਿ ਇੱਕ ਵੀ ਗੰਦੀ ਮੱਛਲੀ ਆ ਜਾਏ ਦੇ ਕੈਨ ਸਪਾਇਲ ਦਾ ਹੋਲ ਸ਼ੋ। ਕਰੈਕਟ 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 ਕਰੈਕਟ, ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਆਪਣੀ ਗੱਲ ਸਾਡੇ ਨਾਲ ਰੱਖੀ। ਅਤੇ ਹੁਣ ਚੱਲਦੇ ਹਾਂ ਮਿਸਟਰ ਸ਼ਰਮਾ ਦੇ ਕੋਲ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਅਤੇ ਮਿਸਟਰ ਸ਼ਰਮਾ, ਵੀ ਵੈਲਕਮ ਯੂ ਬੈਕ। ਬਹੁਤ ਸਾਰੇ ਕਾਲਰਸ ਨੇ ਸਾਨੂੰ ਇਹ ਗੱਲ ਦੱਸੀ ਕਿ ਕੈਨੇਡਾ ਜਿਹੜੀ ਹੈ, ਉੱਥੇ ਦੇ ਜਿਹੜੇ ਆਫੀਸ਼ੀਅਲਸ ਨੇ, ਉਹਨਾਂ ਨੇ ਪਹਿਲੇ ਉਹ ਸਿਕਿਉਰ ਹੋਣਾ ਚਾਹੁੰਦੇ ਸੀਗੇ, ਉਹ ਕੌਨਫੀਡੈਂਸ ਉਹਨਾਂ ਦੇ ਅੰਦਰ ਆਉਣਾ ਚਾਹੀਦਾ ਸੀਗਾ ਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਸੀਗਾ ਕਿ ਅਸੀਂ ਕਿਉਂ ਜਾ ਰਹੇ ਹਾਂ। ਅਤੇ ਉਹਨਾਂ ਨੂੰ ਵੀ ਡਰ ਸੀਗਾ ਕਿ ਕਿੱਥੇ ਆ ਕੇ ਇੱਥੇ ਕੋਈ ਅਜਿਹੀ ਗੱਲ ਨਾ ਹੋ, ਸਾਡੇ ਕੈਨੇਡਾ ਦੇ ਵਿੱਚ ਵਸਦੇ ਲੋਕਾਂ ਨੂੰ ਨਾ ਭੜਕਾਇਆ ਜਾਏ ਜਾਂ ਫੰਡ ਨਾ ਇਕੱਠੇ ਕੀਤੇ ਜਾਣ। ਤਾਂ ਉਹ ਕੌਨਫੀਡੈਂਸ ਪੈਦਾ ਨਹੀਂ ਕਰ ਪਾਏ ਆਪ ਵਿਧਾਇਕ, ਜਿਸ ਕਰਕੇ ਕੈਨੇਡਾ ਦੇ ਵਿੱਚ ਕਈ ਕਾਲਰ ਨੇ ਸਾਨੂੰ ਦੱਸਿਆ ਕਿ ਲਾਅ ਵੀ ਹੈ ਕਿ ਉਹ ਵਾਪਸ ਭੇਜ ਸਕਦੇ ਹਨ। ਉਹੀ ਗੱਲ ਹੈ ਕਿ ਜਿਸ ਤਰ੍ਹਾਂ ਮੈਂ ਦੱਸਿਆ ਨਾ ਕਿ ਇਹਨਾਂ ਦਾ ਲੈਕ ਆਫ ਗਰਾਊਂਡ ਵਰਕ, ਵਟ ਐਵਰ ਦੇ ਪਲਾਨ, ਦੇ ਡੂ ਇਟ ਵਿਦਆਊਟ ਐਨੀ ਪਲੈਨਿੰਗ, ਦੇ ਡੂ ਇਟ ਵਿਦਆਊਟ ਐਨੀ ਗਰਾਊਂਡ ਵਰਕ। ਹੁਣ ਉਹ ਕਦੀ ਕਹਿੰਦੇ ਨੇ ਕਿ ਸਾਡਾ ਆਪਣਾ ਟੂਰਿਸਟ ਵੀਜ਼ਾ ਤੇ ਅਸੀਂ ਗਏ, ਅਸੀਂ ਘੁੰਮਣ ਜਾ ਰਹੇ ਸੀ, ਇਟ ਵਾਜ਼ ਅ ਹੋਲੀਡੇ ਟ੍ਰਿਪ, ਇਟ ਵਾਜ਼ ਅ ਫੈਮਿਲੀ ਟ੍ਰਿਪ, ਐਂਡ ਦ ਫੈਮਿਲੀ ਵਾਜ਼ ਨਾਟ ਟਰੈਵਲਿੰਗ ਵਿਦ ਦੈਮ, ਐਂਡ ਦੈਨ ਦੇ ਆਰ ਸੇਇੰਗ ਕਿ ਵੀ ਆਰ ਗੋਇੰਗ ਔਨ, ਮਤਲਬ ਦੇ ਦੈਮਸੈਲਵਸ ਆਰ ਨਾਟ ਕਲੀਅਰ, ਦੇਅਰ ਏਜੰਡਾ ਵਾਜ਼ ਨਾਟ ਕਲੀਅਰ, ਸੋ ਦੈਟ ਇਜ਼ ਵਾਜ਼ ਦ ਕੌਜ਼ ਆਫ ਕਨਫਿਊਜ਼ਨ। ਮਿਸਟਰ ਸ਼ਰਮਾ, ਇੱਕ ਮੈਨੂੰ ਬਹੁਤ ਅਹਿਮ ਸਵਾਲ ਆਇਆ, ਮੈਂ ਭੁੱਲਣਾ ਚਾਹਵਾਂ, ਉਸ ਤੋਂ ਪਹਿਲਾਂ ਆਈ ਵੁੱਡ ਲਾਈਕ ਟੂ ਨੋ, ਮੈਂ ਉਹ ਸਵਾਲ ਦਾ ਜਵਾਬ ਤੁਹਾਡੇ ਨੂੰ ਬ੍ਰੇਕ ਤੋਂ ਬਾਅਦ ਲਵਾਂਗਾ, ਲੇਕਿਨ ਸਵਾਲ ਇੱਥੇ ਹੈ, ਮੈਂ ਦਰਸ਼ਕਾਂ ਲਈ ਛੱਡ ਕੇ ਜਾ ਰਿਹਾ ਕਿ ਹੁਣ ਖਬਰ ਇਹ ਆ ਰਹੀ ਹੈ, ਇਸ ਉੱਤੇ ਮੈਂ ਵਿਸਥਾਰ ਦੇ ਨਾਲ ਗੱਲ ਕਰਨਾ ਚਾਹੁੰਦਾ ਕਿ ਲੋਕ ਸਭਾ ਚੋਣਾਂ ਜਿਹੜੀਆਂ 2019 ਦੇ ਵਿੱਚ ਹੋਣੀਆਂ, ਆਮ ਆਦਮੀ ਪਾਰਟੀ ਹੁਣ ਕਾਂਗਰਸ ਦੇ ਨਾਲ ਰਲ ਕੇ ਹੱਥ ਦੇ ਨਾਲ ਹੱਥ ਮਿਲਾ ਕੇ ਪੰਜਾਬ ਦੇ ਵਿੱਚ ਲੜਗੀਆਂ ਜਾਂ ਫਿਰ ਲੜ ਸਕਦੀ ਹੈ, ਕੁਐਸਚਨ ਮਾਰਕ ਹੈ, ਲੇਕਿਨ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਸਵਾਲ ਦਾ ਜਵਾਬ ਇਸ ਬ੍ਰੇਕ ਤੋਂ ਉਸ ਪਾਰ।